ਸਤਿ ਅਕਾਲ ਜੀ, ਸਵਾਗਤ ਕਰ ਰਿਹਾ ਤੁਹਾਡਾ ਪੰਗੂ ਬਲੌਗ ਦੇ ਵਿੱਚ। ਟਾਈਮ ਹੋ ਗਿਆ 10 ਵੱਜ ਗਏ ਅਤੇ ਤਰੀਕ ਅੱਜ 6-7 ਹੈ ਮੇਰੇ ਘਰ, ਹਾਂ 7 ਤਰੀਕ। ਅਤੇ ਅਵੀਲ ਕੱਪ ਆਪਾਂ ਨੇ ਖੋਲ੍ਹੇ ਵੀ ਹੈ, ਕਿਉਂਕਿ ਜਦੋਂ ਉੱਪਰੋਂ ਲੱਕੜ ਸੱਟਦੇ ਹਾਂ ਨਾ, ਉਹ ਕਰਕੇ ਡਿੰਗੇ ਹੋ ਜਾਂਦੇ ਆ। ਅਤੇ ਆਹ ਦੇਖੋ, ਆਹ ਸਾਡਾ ਨੁਕਸਾਨ, ਆਹ ਤਾਂ ਉੱਥੇ ਹੀ ਹੋ ਗਿਆ ਸੀਗਾ, ਇੱਕ ਉਹ ਉੱਥੇ ਉਹ ਮੂਸਿਆ ਵਾ। ਚਲੋ ਤਾਂ ਨਾਟ ਆ, ਉਹਦੇ 2 ਨਟ ਖੋਲ੍ਹ ਕੇ ਸਿੱਧੇ ਕਰ ਲਾਂਗੇ। ਬਾਕੀ ਹੁਣ ਇਹਨਾਂ ਨੂੰ ਕਿਹਾ ਬਈ ਪਿੱਛੇ ਹੀ ਪਿੱਛੇ ਨੂੰ ਉਤਾਰੋ ਸਾਰਾ ਮਾਲ, ਅਤੇ ਹੁਣ ਪਿੱਛੇ ਨੂੰ ਲੱਗੇ ਵੀ ਉਤਾਰਨ। ਅਤੇ ਬਾਕੀ ਮਾਲ ਮੂਲ ਵਾਲਿਆਂ ਨੂੰ ਆਪਾਂ ਨੇ ਫੋਨ ਕਰਤਾ ਟਰਾਂਸਪੋਰਟਰਾਂ ਨੂੰ, ਮੈਂ ਕਿਹਾ ਦੱਸੋ ਜੇ ਕੋਈ ਮਾਲ ਹੁੰਦਾ। ਭੁੱਲ ਗਿਆ ਮੈਂ, ਹੈਂ ਬਲੌਗ ਪਾ ਕੇ ਹੈਂ ਭੁੱਲ ਗਿਆ ਵੀ ਕਿੱਥੋਂ ਤੱਕ ਬਣਾਇਆ, ਉਹ ਪਿਆ ਹੋਇਆ ਸੀ, ਉਹਨੂੰ ਦੁਬਾਰਾ ਦੇਖਣਾ ਪਏਗਾ ਫਿਰ ਸ਼ੁਰੂ ਕਰ। ਚੱਲ ਉਹ ਕਰੀਏ ਹਿਸਾਬ ਕਿਤਾਬ, ਦੇਖੀਏ ਕਿਆ ਹਿਸਾਬ ਕਿਤਾਬ ਆ। ਚੱਪਾ ਚੱਪਾ ਪੇਤੀ ਰਹਾ ਲੰਬਿਆਂ ਦਾ, ਐਡਰੈਸ ਦੱਸ ਰਿਹਾ ਮੁੰਡਾ, ਉਹ ਉੱਥੇ ਉਹ ਆ ਦੇਖ ਹਲਵਾਈ ਦੀ ਦੁਕਾਨ ਆ, ਦੇਖ ਆਉਂਦੇ ਮਚੋਚੇ ਮਚੋਚੇ ਖਾ ਕੇ। ਨਹੀਂ ਹਲੇ ਹਲੇ ਸਾਡੀ 12-15 ਹੋ ਗਏ ਨੇ, ਹਲੇ ਬਹੁਤ ਟਾਈਮ ਪਿਆ। ਦੋ ਤੇ ਇਹਨਾਂ ਨੇ ਵਜਾ ਦੇਣੇ, 3 ਆ ਜਾ ਆ ਜਾ ਭੱਜਿਆ ਭੱਜਿਆ ਲਾ ਹੁਣ ਲਾਈਆਂ ਕਹਿੰਦੇ ਮਸੋਸੇ ਬਣੇ ਵੀ ਪਏ ਆ, ਮਸੋਸੇ ਖਾਣੇ ਬ੍ਰੈਡ ਪਕੌੜਾ ਖਾਣਾ ਹੈ। ਚੱਲ ਫਿਰ ਲਓ ਜੀ ਮਿੱਤਰੋ, ਬਾਈ ਭੈਣ ਟਾਈਮ ਹੋ ਗਿਆ ਹੈ, ਟਾਈਮ ਹੋ ਗਿਆ ਕਿਤਨਾ 1:38 ਹੋ ਗਏ ਹੈ, ਔਰ ਇਹ ਬੋਲ ਰਹੇ ਹੈ 3 ਵਜੇ ਉਤਾਰੇਂਗੇ ਗਾੜੀ। ਸਾਲੇ ਇੱਕ ਢੰਗ ਛੱਡਤੀ ਵਿੱਚ ਬਾਈ, ਤੇ ਉਧਰੋਂ ਬੱਦਲ ਕਰਕੇ ਗੜਗੜ 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 ਕਰਨ ਲੱਗ ਗਿਆ ਬੱਦਲ ਹੈ। ਤੇ ਉਧਰੋਂ ਮਾਲ ਵੀ ਕਰ ਲਿਆ ਆਪਾਂ ਨੇ, ਹੁਣ ਇਹ ਕਹਿੰਦੇ 3 ਵਜੇ ਉਤਾਰਾਂਗੇ। ਦੱਸੋ ਇਹ ਕੋਈ ਗੱਲ ਬਣੀ ਸਾਲੀ ਡੋਰੇਮੋਨ, ਡੋਰੇਮੋਨ ਚਲਾ ਰਿਹਾ ਫੋਨ ਤੇ ਹੁਣ ਹੈਂ ਬੜੇ ਦਿਨ ਹੋ ਗਏ ਸਟੋਰੀ ਨਹੀਂ ਲਾਈ, ਲਾ ਦੇ ਕੋਈ ਵਾਤੀ ਆਪਾਂ ਫੋਟੋ। ਤੇ 3 ਵਜੇ ਹੁਣ ਉਤਾਰ ਕੇ ਫਿਰ ਦੇਖਦੇ ਹਾਂ ਕਿਆ ਬਣਦਾ, ਰੋਕਿਆ ਵਾ ਤਾਂ ਹੈ ਮਾਲ, ਬਾਕੀ ਉੱਪਰ ਵਾਲੇ ਕੋ ਪਤਾ। ਲਓ ਬਈ ਮਿੱਤਰੋ, ਗੱਡੀ ਹੋ ਗਈ ਆਪਣੀ ਖਾਲੀ, ਅਤੇ ਆਹ ਜਿਹੜਾ ਦੇਖਦੇ ਆ ਆਹ 4-5 ਪੀਸ ਜੇ ਪਏ ਆ, ਇਹ ਇਹਨਾਂ ਦੇ ਉੱਤੇ ਦੁਕਾਨ 'ਤੇ ਉੱਤਰ ਜਾਣੇ। ਹਾਲ ਕੀ ਹੋਇਆ ਵਾ ਮਿੰਟੂ ਇਹਦਾ,
ਪਾਣੀ ਮਰਾ ਕੇ ਉਹ ਕਰ ਹੋਏਗਾ। ਹਾਂ ਮਿੱਤਰੋ ਟਾਈਮ ਹੋ ਗਿਆ 4:30 ਹਨਾ, ਤੇ ਚੱਲਦੇ ਆ ਹੁਣ ਘੰਟਾ ਘੁੰਡਾ ਕਰਾ ਲਿਆ ਆਪਾਂ ਨੇ ਤੇ ਪਾੜਾ ਆਊਗਾ ਆਪਣਾ ਖਾਤੇ 'ਚ। ਉਹ ਤੇਰਾ ਭਲਾ ਜੇ ਖਾਤੇ 'ਚ ਪਾੜਾ ਆਉਣਾ ਤੇ ਗੱਡੀ ਕੱਢਦੇ ਹਾਂ ਹੁਣ, ਚਾਹ ਪੀਂਦੇ ਹਾਂ ਬਾਹਰ ਚੱਲ ਕੇ। ਦੇਖੋ ਮੋਟਰਸਾਈਕਲ ਵਾਲਾ ਜਾਂਦਾ ਨਾ ਜਮਾਂ ਹੀ ਛੋਟੇ ਛੋਟੇ ਜਵਾਕ ਬਿਠਾਏ ਹੋਏ ਆ, ਬੜੀ ਗੱਡੀ ਵਾਲੇ ਦਾ ਕੱਢ ਦਿੰਦੇ ਆ। ਹਾਂ ਜੀ ਬੜੀ ਗੱਡੀ ਵਾਲੇ ਨੇ ਉਹ ਕਰਤਾ ਮੁੜ ਕੇ ਬਈ, ਆਪ ਤੁਸੀਂ ਆਪਣੇ ਲੱਛਣ ਦੇਖਦੇ ਨੀ ਹੈਗੇ, ਗੱਡੀ ਉਹਨੂੰ ਪਾਸ ਨਹੀਂ ਕਰ ਸਕਦੀ ਕਿਉਂਕਿ ਉਹ 80 ਤੋਂ ਵੱਧ ਆ। ਹੁਣ ਕਰੀਏ ਘੱਟ ਇਹਨੇ ਸਪੀਡ। ਆਹ ਦੇਖੋ ਜਵਾਕ ਬਿਠਾਏ ਵੇ ਕੱਬੇ ਛੋਟੇ ਛੋਟੇ, ਕਹਿ ਹੌਲੀ ਚਲਾ ਲਾ ਕਹਿੰਦੇ। ਹਾਂ ਉਹ ਲਕੀਰਾਂ ਜੀਆਂ ਬਣੀ ਵੀ ਆ ਉਹਨਾਂ ਪਰ ਡੋਲ ਗਿਆ, ਰੁਕੇ ਗਿਆ ਹੁਣ ਤਾਂ। ਲਓ ਜੀ ਮਿੱਤਰੋ ਟਾਈਮ ਹੋ ਗਿਆ 6:30। ਆਹ ਇੰਨਾ ਸਾਫ ਰੋਡ, ਮੈਂ ਕਹਿੰਦਾ ਚਾਹੇ ਚੌਲ ਦਾ ਦਾਣਾ ਸਿੱਟ ਕੇ ਚੱਕ ਲਓ, ਇੰਨਾ ਸਾਫ ਰੋਡ ਹੈ। ਤੇ ਆਹ ਸੈਣੀ ਬਾਈ ਕੇ ਏਰੀਏ ਮਾ ਘੁੰਮ ਰਹੇ ਬਾਈ, ਸੈਣੀ ਬਾਈ ਰੋਡ ਤੋਂ ਬਣਵਾ ਲਏ ਯਾਰ, ਕਹਿ ਗਿਆ ਤੇਰੀ ਤਾਂ ਚਲਾ ਵੀ ਹੈ ਮਨੀਟਰਾਂ ਗੱਲਬਾਤ ਤੇਰੀ ਸਿੱਧੀ ਹੈਂ, ਇਤਨਾ ਨਹੀਂ ਕੰਮ ਕਰ ਸਕਦਾ ਯਾਰ ਤਾਂ ਕਿਆ ਮੇਰੇ ਯਾਰ। ਅਗਲੀ ਵਾਰ ਆਊਂ ਰੋਡ ਬਣਿਆ ਹੋਣਾ ਚਾਹੀਦਾ ਲੁੱਕ। ਸੱਚੇ ਪਾਤਸ਼ਾਹ ਸਤਿਗੁਰਾਂ ਦੀ ਰੱਖਿਆ ਦਾਦਾ ਜੀ। ਤੇ ਬਾਈ ਹੁਣ ਘਰੇ ਜਾ ਕੇ ਗੱਡੀ ਧੋਨੇ ਆ, ਅੰਦਰ ਪਾਣੀ ਮਾਰਦੇ ਆ ਕਿਉਂਕਿ ਲੱਕੜੀ ਦਾ ਬਰਾਦਾ ਜਾਂ ਮੀਂਹ ਪੈ ਕੇ ਸਭ ਪੱਟੀ ਮਿਸ ਹੋ ਗਈ। ਮਤਲਬ ਕੈਂਟ ਪਹੁੰਚ ਗਏ ਤੇ ਆ ਗਣਪਤੀ ਬਾਪਾ ਜਾ ਰਿਹਾ ਆਪਣੇ ਇੱਧਰ ਵੀ ਲੱਗ ਗਏ ਮਨਾਉਣ, ਹੁਣ ਪਹਿਲਾਂ ਆਪਣੇ ਮਨਾਉਂਦੇ ਨਹੀਂ ਤੇ ਹਾਂ ਮਿੰਟੂ ਆਪਣੇ ਤਾਂ ਨਹੀਂ ਮਨਾਉਂਦੇ ਤੇ ਪਹਿਲਾਂ ਹੱਥ ਖੜਾ ਕਰਤਾ ਹੈ ਅਮਰੀਕ ਬਾਈ ਐਨ ਆਰ ਕਦੇ ਹੈ।
ਠੀਕ ਹੈ ਬਾਈ, ਹੁਣ ਹੋਲੇ ਜਾਮ ਦਾ ਤਾਂ ਕਰਕੇ ਨਹੀਂ ਖੜੇ, ਫੇਰ ਮਿਲ ਲਾਂਗੇ ਕਿਸੇ ਦਿਨ। ਠੀਕ ਆ, ਹੋਰ ਗੁਰਮੀਤ ਬਾਈ ਮਿਲਿਆ ਬਾਈ ਸਾਨੂੰ, ਤੇ ਜਾਮ ਲੱਗਿਆ ਵਾ ਤਾਂ, ਤੇ ਗੱਡੀ ਅਸੀਂ ਮਸਾਂ ਰੋਕੀ, ਕਾਰਾਂ ਵਾਲੇ ਸਾਈਡ ਨਹੀਂ ਦੇ ਰਹੇ ਸੀਗੇ, ਤੇ ਹੁਣ ਚੱਲਦੇ ਹਾਂ ਆਪਾਂ, ਹੈ ਫਿਰ ਮਿਲਾਂਗੇ ਕਿਸੇ ਦਿਨ ਵਿਹਲੇ ਜੇ ਟਾਈਮ 'ਚ। ਠੀਕ ਆ, ਔਰ ਬਾਈ ਕਿੱਥੇ? ਬਾਈ ਕਰਨਾਲ, ਉਹ ਕਰਨਾਲ ਦੀ ਭਰੀ ਹੋਈ ਆ ਨਾ। ਸੋਨੂ ਬਾਈ ਵੀ ਕਈ ਵਾਰ ਗਿਆ ਇੱਥੋਂ ਦੀ, ਹਾਂ ਮੈਂ ਇਸ਼ਾਰਾ ਕੀਤਾ, ਉਹ ਦੇਖਿਆ ਨੇ, ਉਹ ਵੀ ਚੱਲ ਠੀਕ ਆ, ਠੀਕ ਆ, ਓਕੇ ਬਾ ਫਿਰ ਕਹਿੰਦੇ, ਚੱਲ ਠੀਕ ਆ ਬਾਈ, ਓਕੇ। ਲਓ ਵੀ ਮਿੱਤਰੋ, ਪਹੁੰਚ ਗਏ ਘਰੇ, ਤੇ ਬੰਦਾ ਤੁਹਾਨੂੰ ਹਨੇਰੇ 'ਚ ਦੇਖ ਨਹੀਂ ਰਿਹਾ ਹੋਣਾ, ਰੁਕ ਜਾਓ, ਹੁਣ ਦਿਖਿਆ। ਮਾਰਦਾ ਬੜਕ, ਹਾਂ ਨੰਗੇ ਪੈਰ, ਸਤਿ ਸ੍ਰੀ ਅਕਾਲ ਨੀ ਕਰੀ ਕੁਛ ਨੀ। ਹੈਲੋ, ਇੱਧਰ ਵੀ ਕਹਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਆਈ ਆਈ ਆਈ, ਹੋਰ ਫਿਰ ਠੀਕ ਠਾਕ ਆ? ਕਿਆ ਕਰਦਾ? ਹਾਂ ਕੁਛ ਨੀ ਕਰਦਾ। ਅੱਛਾ, ਫਿਰ ਗੱਡੀ ਧੋਣੀ ਹੈ? ਹੈਂ ਪਾਣੀ ਭਰ ਗਈ ਵਾ, ਹਾਂ ਭਰ ਗਿਆ, ਹਾਂ ਆਹੋ ਉਹ ਦੂਆ ਜਗਾੜ ਲਾਣਾ ਪੈਣਾ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਤਾਂ ਬੁਲਾ ਤਾਂ ਦੇਈ ਦੋ ਦੋ ਵਾਰੀ। ਸਤਿ ਸ੍ਰੀ ਅਕਾਲ, ਹੈਂ ਡੋਲ ਕੇ ਭਰਦੀ ਆ ਬਈ ਨਾ ਪਰੀ, ਹਾਂ ਬਈ ਇੱਧਰ, ਹੈਲੋ ਪਰੀ, ਫਿਰ ਕਿਆ ਹੋਰ ਸੁਣਾਓ ਗੱਲਬਾਤ ਕਹਿੰਦੇ ਕੋਈ? ਹਾਂ ਗੱਡੀ ਗੰਦੀ ਹੋ ਗਈ, ਤੈਨੂੰ ਪਤਾ ਵੀ ਗੱਡੀ ਗੰਦੀ ਹੋ ਗਈ, ਉੱਪਰ ਨੀ ਚੜ੍ਹਨਾ ਹੈ, ਹਾਂ ਉੱਪਰ ਕੁਛ ਨੀ ਹੈ। ਤੇ ਲਓ ਬਈ, ਇਹ ਵਲੋਗ ਦਾ ਐਂਡ ਆਪਾਂ ਕੱਲ੍ਹ ਨੂੰ ਕਰਾਂਗੇ, ਅਤੇ ਪਹਿਲਾਂ ਇੱਥੇ ਕਰਤਾ ਸੀਗਾ, ਇੱਥੇ ਆਪਣਾ 11 ਮਿੰਟ ਦਾ ਵਲੋਗ ਬਣਿਆ, ਅਤੇ ਮੈਂ ਕਿਹਾ ਵੀ ਯਾਰ ਛੋਟਾ ਜਿਹਾ ਵਲੋਗ ਤਾਂ ਕੀ ਪਾਵਾਂਗੇ, ਅਤੇ ਕੱਲ੍ਹ ਨੂੰ ਕੱਲ੍ਹ ਵਾਲਾ ਵਲੋਗ ਕੱਲ੍ਹ ਦੇ ਦਿਨ ਦਾ ਦੇਖਿਓ, ਅਤੇ ਇਹ ਕਲਿੱਪ ਮੈਂ ਅੱਗੇ ਲਾਉਣ ਲੱਗਿਆ ਕੱਟ ਕੇ ਐਂਡ ਵਾਲੀ। ਹਾਂ ਹਾਂ ਲੰਘ ਗਿਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਭੰਗੂ ਵਲੋਗ ਦੇ ਵਿੱਚ, ਅਤੇ ਗੱਡੀ ਲੈ ਕੇ ਚੱਲੇ ਅਸੀਂ ਕਨੇਡਾ ਨੂੰ, ਨਾ ਇੰਗਲੈਂਡ ਨੂੰ, ਗੁਰਚਰਨ ਬਾਈ ਨਾਲ ਅਤੇ ਜੱਸੀ ਨੂੰ ਅਤੇ ਗੁਰਚਰਨ ਨੂੰ ਵੀ ਨਾਲੇ ਲੈ ਜਾਣਾ, ਚੜਾਉਣੇ ਭਾਜੀ ਆਏ ਸਵੇਰੇ, ਪਹਿਲਾਂ ਜੰਮੂ ਵਾਲਾ ਬਾਈ ਆਇਆ ਉਹਦਾ ਰੋਮੀ ਬਾਈ, ਉਹਨੂੰ ਮਿਲ ਕੇ ਆਏ, ਉਹਦੇ ਤਾਂ ਪੁਲਿਸ ਵਾਲਿਆਂ ਨੇ ਗੱਡੀ ਰੋਕ ਲਈ ਸੀਗੀ, ਉਹਦਾ ਫੋਨ 'ਤੇ ਹੀ ਉਹ ਕਰਿਆ, ਮੈਂ ਕਿਹਾ ਯਾਰ ਤੁਸੀਂ ਜਮੇ ਹੀ ਲੁੱਚਪਣਾ ਫੜਿਆ ਵਾ ਬਈ, ਲੋਕਲ ਬੰਦਿਆਂ ਦਾ ਛੱਡ ਦਿਆ ਕਰੋ। ਨਾ ਨਾ ਕੋਈ ਨਹੀਂ, ਪੱਕਾ ਇਹ ਨਹੀਂ ਹੁੰਦਾ, ਹੁਣ ਚੱਲਦੇ ਹਾਂ ਆਪਾਂ ਨੂੰ ਗੇੜਾ ਕੱਢ ਕੇ ਆਉਂਦੇ ਹਾਂ, ਅਤੇ ਵੀਡੀਓ ਵਾਡੀਓ ਬਣਾਉਂਦੇ ਹਾਂ ਡਰਾਉਣ ਨਾਲ, ਇਹਦਾ ਪ੍ਰੈਸ਼ਰ
ਬਾਜ਼ਾਰ ਤੈਨੂੰ ਕੱਢ ਕੇ ਜਾਵਾਂਗੇ ਜੀ ਡੀ ਰੋਡ ਤੇ। ਔਰ ਕੀ ਹੋਇਆ, ਲੰਗਰ ਲੱਗਦਾ ਪਿਆ। ਲੰਗਰ ਹੈ, ਲੰਗਰ ਪੁਲਿਸ ਵਾਲੇ ਵੀ ਲੰਗਰ ਖਾ ਰਹੇ ਆ। ਚਲੋ 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 ਚਲੋ, ਜਾਣ ਦੋ ਜਾਣ ਦੋ ਜਾਣ ਦੋ ਜਾਣ ਦੋ। ਅੱਜ ਇੱਧਰ ਕਨੈਕਟਰੀ ਕਰ ਰਹੇ ਆ। ਜਾਣ ਦੋ ਜਾਣ ਦੋ ਜਾਣ ਦੋ। ਕੜੀ ਚੌਲਾਂ ਦਾ ਲੰਗਰ, ਕੜੀ ਚੌਲਾਂ ਦਾ ਲੰਗਰ। ਚਲੋ 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 ਚਲੋ, ਰੋਕ ਲਿਆ ਮਾੜਾ ਜਿਹਾ, ਚੱਲ ਕਰ ਅੱਗੇ। ਹੈਲੋ, ਅੱਗੇ ਪਿੱਛੇ ਕਰ, ਜਾਣ ਦੇ ਜਾਣ ਦੇ, ਸਿੱਧੇ ਨਿਕਲ ਜਾਣਾ। ਚਲੋ 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 ਚਲੋ, ਨਿਕਲ ਗਈ ਟਰੱਕ ਮਾ। ਚਲੋ 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 ਚਲੋ, ਲੈ ਭਾਈ ਤੁਸੀਂ ਇੰਨੀ ਭੀੜ ਚ ਗੱਡੀ ਕੱਢ ਲਈ ਤੇ ਨਾਲੇ ਖੂਨ ਚ ਕੀਤਾ ਸਾਡੇ ਖੇਤੀਬਾੜੀ ਦਾ, ਸਾਡੇ ਡਰਾਈਵਰ ਹੀ ਆ ਖੂਨ ਚ, ਹੈ ਨਾ ਬਾਈ? ਹਾਂ, ਦੱਬਦੇ ਆ ਕਿਤੇ, ਅਸੀਂ ਨੀ ਦੱਬਦੇ। ਚਲੋ ਚਲੋ ਚਲੋ, ਜਾਣ ਦੋ ਜਾਣ ਦੋ ਜਾਣ ਦੋ। ਆਉਂਦਾ ਫਿਰ ਨਜ਼ਾਰਾ ਇੰਡੀਆ ਵਾਲੇ ਚਲਾ ਕੇ ਭਾਜੀ, ਉੱਥੇ ਵੋਲਵੋ ਚਲਾਉਂਦੇ, ਇੱਥੇ ਆ ਕੇ ਚਲਾਇਆ ਇਹਨਾਂ ਨੇ ਆਪਣੇ ਵਾਲੀ। ਬਾਈ ਕਹਿੰਦਾ ਆ ਚੀਜ਼ਾਂ ਦਾ ਸਵਾਦ ਆਉਣਾ ਕਹਿੰਦਾ ਇੱਥੇ, ਤੇ ਹੁਣ ਆਪਾਂ ਉੱਥੋਂ ਚੜਾਂਗੇ ਵਾਪਸ ਇੱਦਾਂ। ਹਾਂ, ਕਿਉਂਕਿ ਅੱਗੇ ਫਿਰ ਬੰਦ ਆ ਨਾ ਰੋਡ, ਅੱਗੇ ਧਰਨਾ ਆ ਜਾਂਦਾ ਫਿਰ। ਇੱਕ ਨੰਬਰ ਐ ਨਾ, ਕਦੀ ਚਲਾਈ ਵੀ ਆ ਗੱਡੀ ਤੁਸੀਂ ਇੱਧਰ ਇੰਡੀਆ? ਆਹ ਬੜਾ ਟਰੱਕ ਉਦਨ ਸੋਨੂੰ ਵੀ ਚਲਾਈ ਆ, ਉਦੋਂ ਪਹਿਲਾਂ ਮੈਂ ਚਲਾਈ ਆ, ਡੱਬੇ 'ਚ ਚਲਾਈ ਹੋਣੀ ਆ ਥੋੜ੍ਹੀ ਜਿਹੀ, ਜਿਵੇਂ ਇੰਨੀ ਜੀ ਉਦੋਂ ਪਹਿਲਾਂ ਨਿੱਕੇ ਹੁੰਦੇ ਨੇ, ਮਾੜੀ ਮੋਟੀ ਜਿਵੇਂ 20-25 ਮੀਲ ਜੋਬ ਨੂੰ। ਡਰੋਨ ਨਾਲ ਬਣਾਈਏ ਵੀਡੀਓ ਭਾਜੀ, ਇੱਥੇ ਨੂੰ ਰੋਕੋ ਮਾੜਾ ਜਿਹਾ ਫਿਰ ਸਾਈਡ 'ਤੇ, ਡਰੋਨ ਡਾਨੇ ਨਾਲ ਨਾਲ ਮੋਟਰਸਾਈਕਲ ਆ ਇੱਧਰ।
ਸੱਚੇ ਪਾਤਸ਼ਾਹ ਬਣਾ ਕੇ ਰੀਲਾਂ ਰੂਲਾਂ ਲੈ ਕੇ ਡਰਾਉਣ ਵਾਲੇ ਸ਼ਾਟ ਇਹਦੇ 'ਚ ਵੀ ਪਾਵਾਂਗੇ, ਆਣ ਦਿਓ। ਚਲੋ 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 ਅਤੇ ਬਾਕੀ ਬਲੌਗ ਜਿੰਨਾ ਕੁ ਬਣਿਆ ਹੈ ਨਾ ਹੋਰ ਬਣਾਵਾਂਗੇ ਅੱਜ। ਵੈਸੇ ਆਪਣਾ ਅੱਜ ਕੰਮ ਦਾ ਹੈ ਨਹੀਂ ਕੋਈ, ਵਿਹਲੇ ਹੀ ਹਾਂ, ਕੱਲ੍ਹ ਨੂੰ ਜਾਣਾ ਆਪਾਂ ਨੇ ਗੱਡੀ ਭਰਨ। ਦੇਖਦੇ ਹਾਂ ਜੇ ਅੱਜ ਬਣਿਆ ਬਣਾ ਦਾਂਗੇ, ਨਹੀਂ ਕੱਲ੍ਹ ਵਾਲੇ ਬਲੌਗ 'ਚ ਕਰਕੇ ਐਡਿਟ ਵਿੱਚ ਪਾ ਦਾਂਗੇ ਕਿ ਨਹੀਂ ਭਾਈ। ਹਾਂ ਚਲੋ 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 ਬਸ ਕਰ ਦਿਓ ਸਿੱਧੀ, ਆਣ ਦਿਓ ਆਣ ਦਿਓ ਆਣ ਦਿਓ ਬਸ ਓਕੇ ਰਿਪੋਰਟ। ਅਤੇ ਲਓ ਭਾਈ ਆ ਗਏ, ਗੇੜਾ ਲਾ ਕੇ ਗੁਹਾਟੀ ਦਾ ਗੇੜਾ ਲਾਇਆ ਗੁਹਾਟੀ ਦਾ। ਕਿੱਥੇ ਜਾਣਾ, ਕਿੱਦਾਂ ਲੱਗਿਆ ਐਕਸਪੀਰੀਅੰਸ? ਰੂਹ ਖੁਸ਼ ਹੋ ਗਈ, ਸੁਪਨਾ ਵੀ ਸੀ ਇੱਕ ਵਾਰੀ ਚਲਾ ਕੇ ਦੇਖਣੀ ਆ, ਪਰ ਜਵਾਨੀ ਚੇਤੇ ਆ ਗਈ, ਬਚਪਨ ਦੇ ਦਿਨ ਜਦੋਂ ਹੁੰਦੇ ਸੀ ਨਾ 9-10 ਸਾਲ ਦੇ। ਹੁਣ ਵੀ ਤਾਂ ਜਵਾਨ ਆ, ਹੁਣ ਕਿਹੜਾ, ਹੁਣ ਤਾਂ ਬੁੱਢੇ ਹੋ ਗਏ, ਸਾਡੇ ਜਵਾਕ ਹੋ ਗਏ ਸਾਡੇ, ਪਰ ਆਏ ਆ ਵੀ ਫਰਕ ਬਹੁਤ ਆ ਗੱਡੀਆਂ 'ਚ ਉਦੋਂ ਤੇ। ਹਾਂ ਵਧੀਆ ਹੀ ਆ ਫਰਕ ਜਿਹੜਾ ਵੀ ਪਿਆ, ਡਰਾਈਵਰ ਤਾਂ ਉਦੋਂ ਹੁੰਦਾ ਸੀ ਪਰ ਹੁਣ ਪਹਿਲਾਂ ਤਾਂ ਡਰਾਈਵਰ ਵੀ ਮੋੜਦਾ ਤਾ ਕਨੈਕਟਰ ਵੀ ਮੋੜਦਾ ਤਾ, ਫੇਰ ਵੀ ਦੋ ਜਾਣੇ ਪਾਉਂਦੇ ਹੁੰਦੇ। ਨਜ਼ਾਰੇ ਲੈਣ ਆਏ ਅਸੀਂ ਜ਼ਿੰਦਗੀ ਦੇ। ਤੇ ਚਲੋ ਕਰਦੇ ਆ ਹੁਣ ਗੱਲਾਂ ਬਾਤਾਂ, ਚਾਹ ਪਾਣੀ ਪੀਨੇ ਆ। ਚੰਗਾ ਫਿਰ ਸਤਿ ਸ੍ਰੀ ਅਕਾਲ ਕਹਦੇ। ਲਓ ਜੀ ਮਿੱਤਰੋ, ਕਰਦੇ ਆਪਾਂ ਬਲੌਗ ਦਾ ਐਂਡ। ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ, ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ, ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜੇ ਵੀਡੀਓ ਸਭ ਤੋਂ ਪਹਿਲਾਂ। ਮਿਲਦੇ ਹਾਂ ਅਗਲੇ ਵਲੌਗ 'ਚ, ਜਦ ਤੱਕ ਰੱਬ ਰਾਖਾ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ, ਬੋਲ ਮਾਰ ਦਿਓ ਕੰਮਾਂ। ਪਾਪਾ ਲਾ ਦਿਆ, ਹਾਂ ਕੈਮਰੇ ਲਾ ਦੇ।